ਅਮਰਜੀਤ ਸਿੰਘ ਜੀ ਬੀਤੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ ਸੀ।
ਪਏ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਗੁਰਮਤਿ ਦੀਆਂ ਵਿਚਾਰਾਂ ਮਨੋਹਰ ਕੀਰਤਨ ਹੋਇਆ। ਸਮੂਹ ਸੰਗਤਾਂ ਦੀ ਪਾਤਸ਼ਾਹ ਜੀ ਆਪ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਹੈ ਜੀ, ਮਿਹਰ ਕਰਕੇ ਪ੍ਰਵਾਨ ਕਰਨੀ ਪਾਤਸ਼ਾਹ ਜੀ ਉਹ ਸੰਸਾਰ ਦੀ ਯਾਤਰਾ ਪੂਰੀ ਕਰਦਿਆਂ ਹੋਇਆਂ
ਦਸ਼ਮੇਸ਼ ਪਾਤਸ਼ਾਹ ਕਹਿੰਦੇ ਚੰਗਾ ਪੱਤਰਾ ਤੇ ਇੱਛਾ ਚੋਰੀ ਹੋਏਗੀ। ਉਹਨਾਂ ਨੇ ਐਸੇ ਬਾਣ ਵਰਤਾਏ ਪਾਤਸ਼ਾਹ ਤੀਰਾਂ ਦੀ। ਬਾਬਾ ਜੁਝਾਰ ਸਿੰਘ ਜੀ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਕੋਲ ਪਹੁੰਚ ਕੇ ਚਰਨਾਂ ਚ ਮੱਥਾ ਟੇਕਿਆ। ਉਹਨਾਂ ਦੇ ਆਖੋ ਜੀ ਸਤਿਨਾਮ, ਚਰਨ ਕਿਤੇ ਪਏ, ਹੱਥ ਕਿਤੇ ਪਏ, ਟੁਕੜੇ ਬਹੁਤ ਕਿਤੇ ਥੋੜੇ ਵਾਰ ਹੋਏ ਹੋਏ, ਮੱਥਾ ਟੇਕ ਕੇ ਦਸ ਕਦਮ ਅੱਗੇ ਹੋ ਕੇ ਜੂਝ ਆਖੋ ਸਤਿਨਾਮ ਬੋਲੇ ਕਰੋ ਸਾਰੇ ਕੱਜ ਕੇ ਆਖੋ ਸਤਿਨਾਮ। ਪੁੱਤਾਂ ਨੂੰ ਚੜ੍ਹਦੀ ਕਲਾ ਦੇਖ ਕੇ ਤਾਂ ਦੁਨੀਆਂ ਦੀ ਜਕਾਰੇ ਲੱਗਦੀ ਹੈ, ਕੋਈ ਸ਼ਰੀਰ ਉੱਪਰ ਦੇਖ ਕੇ ਜਦੋਂ ਜਕਾਰਾ ਆਇਆ ਸੱਚੇ ਪਾਤਸ਼ਾਹ ਨੇ, ਹੁਣ ਪਿੱਛੇ ਵੀ ਕੋਈ ਵੀ ਬੋਲਿਆ ਸਤ ਸ੍ਰੀ ਅਕਾਲ। ਮਹਾਰਾਜ ਕਹਿ ਗਿਆ ਕਿ ਦਿਆ ਸਿੰਘ, ਧਨ ਸਿੰਘ, ਭਾਈ ਆਦਮ ਸਿੰਘ ਖੜੇ ਸਿੰਘ ਨਾਲ, ਭਾਈ ਸੰਗਤ ਸਿੰਘ ਜਿਹਨੂੰ ਆਪਣਾ ਰੂਪ ਬਖਸ਼ਿਆ ਕਿਵੇਂ ਖੜੇ ਸੀ ਗੱਲ। ਭਾਈ ਸਿੰਘ ਉਹ ਜਦੋਂ ਕੋਈ ਸਿੰਘ ਸ਼ਹੀਦ ਹੁੰਦਾ ਸੀ ਤੁਸੀਂ ਜਕਾਰਾ ਲਾਇਆ ਕਰਦੇ ਸੀ, ਅੱਜ ਤੁਸੀਂ ਨਾ ਜਕਾਰਾ ਲਾਇਆ ਤੇ ਨਾ ਜਵਾਬ ਲਈਏ। ਐਡੀਆਂ ਠੀਕ ਕੀ ਜਿੰਨਾ ਚਾਹੀਦੀਆਂ ਗਈਆਂ ਸਾਡੇ ਕੋਲ, ਅਸੀਂ ਬੋਲ ਨਹੀਂ ਸਕਦੇ। ਕੁਛ ਪ੍ਰਾਪਤ ਹੋਇਆ ਹੋਵੇ ਸਰਕਾਰਾਂ ਨਾਮ ਦੇ ਜੋ ਕੁਛ ਉਹ ਵੀ ਚੱਲ ਤੇ ਤੁਹਾਡਾ ਜਿਹੜਾ ਹੈ ਪਿਤਾ ਗੁਰੂ ਤੁਸੀਂ ਇਸ ਗੱਲ ਦੇ ਜਕਾਰੇ ਲਾ ਰਹੇ ਸੀ ਮਹਾਰਾਜ, ਤੁਹਾਡੇ ਤਾਂ ਪੁੱਤਰ ਲਾਲ ਸ਼ਹੀਦ ਹੋ ਗਏ। ਬਾਜਾਂ ਵਾਲੇ ਕਹਿਣ ਲੱਗੇ ਦਿਆ ਸਿੰਘ ਸਤਨਾਮ। ਦਸ਼ਮੇਸ਼ ਪਿਤਾ ਕਹਿਣ ਲੱਗੇ ਇੱਕ ਕਰਜ਼ਦਾਰ ਦਾ ਕਰਜ਼ਾ ਉੱਤਰ ਜਾਏ ਉਹ ਦੁਖੀ ਹੁੰਦਾ ਤੇ ਖੁਸ਼ੀ ਹੁੰਦੀ। ਮਹਾਰਾਜ ਜਦ ਕਰਜ਼ ਸੀ ਉਤਰ ਗਿਆ, ਆਖੋ ਜੀ ਸਤਨਾਮ। ਜਿਹਦੀ ਵਸਤੂ ਸੀ ਉਹਦੇ ਕੋਲ ਪਹੁੰਚ ਗਿਆ ਤੇ ਪੰਥ ਵੀ ਤੇਰਾ ਹੈ ਤੇ ਬੱਚੇ ਵੀ ਤੇਰੇ ਹੈ, ਉਹ ਕੁਛ ਹੈ ਸੋ ਤੇਰਾ ਤੇਰਾ ਕੁਛ ਪਰਸੋਂ ਦੇਖਿਆ। ਕੁਟਾਉਣ ਕੋਟ ਨਮਸਕਾਰਾਂ ਉਹਨਾਂ ਸ਼ਹਾਦਤਾਂ ਨਾਲ, ਕੁਟਾਉਣ ਕੋਟ ਨਮਸਕਾਰਾਂ ਉਹਨਾਂ ਸੇਵਾਦਾਰਾਂ ਨੂੰ ਜਿਨ੍ਹਾਂ ਨੇ ਸੇਵਾ ਨਿਭਾਈ। ਭਾਈ ਸੰਗਤ ਸਿੰਘ ਜੀ ਹੋਰਾਂ ਨੇ ਆਪਣਾ ਆਪ ਵਾਰ ਦਿੱਤਾ ਵਾਜਾਂ ਵਾਲੇ ਅੱਜ ਪ੍ਰੋਗਰਾਮ ਮਨ ਨੂੰ ਨਮਸਕਾਰ ਮੰਗਦੇ ਨੇ। ਆਖੋ ਜੀ ਸਤਨਾਮ। ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਥਾਂ ਜੇ ਕਿਸੇ ਨੇ ਦੁਨੀਆਂ 'ਚ ਖਰੀਦੀ ਤਾਂ ਟੋਟਲ ਬਣ ਜਾਂਦੀ ਆਪਣੇ ਬੱਚਿਆਂ ਨੂੰ ਫੈਕਟਰੀ ਲਾਉਣ ਵਾਸਤੇ, ਆਪਣੇ ਬੱਚਿਆਂ ਨੂੰ ਕਾਰੋਬਾਰ ਵਾਸਤੇ ਥਾਂ ਨਹੀਂ ਖਰੀਦੀ। ਦਸ਼ਮੇਸ਼ ਪਿਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲੱਗਦੇ ਜਿਗਰ, ਮਾਤਾ ਗੁਜਰ ਕੌਰ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਵੀ ਤਾਂ ਦਿੱਤੀ। ਆਖੋ ਜੀ ਸਤਨਾਮ। ਇਹ ਅਮੈਰੀਕਾ ਦੇ ਵਿੱਚ ਸਰਵੇਖਣ ਹੋਇਆ ਸੀ ਕਿ ਵਰਲਡ ਦੀ ਸਭ ਤੋਂ ਮਹਿੰਗੀ ਥਾਂ ਕਿੱਥੇ ਦਿੱਤੀ, ਆਪਣੇ ਲਈ ਤਾਂ ਦੁਨੀਆਂ ਦਿੱਤੀ ਸੀ ਧਰਮ ਦੇ ਫਤਿਹਗੜ੍ਹ ਦੀ ਧਰਤੀ, ਸਰਹੰਦ ਦੀ ਧਰਤੀ, ਜਿੱਥੇ ਟੋਟਲ ਮਨ ਨੇ ਅਹਿਸਾਸ ਕਰਾਇਆ ਕਿ ਜਿਹਦੇ ਕੋਲ ਧਾਨਾ ਉਹ ਵੀ ਸੇਵਾ ਕਰ ਸਕਦਾ। ਆਖੋ ਜੀ ਸਤਨਾਮ। ਉਹ ਲਿਖੇ ਆ ਕੋਈ ਭੁੱਲ ਸਕਦਾ ਉਹ ਤਾਂ ਅਮੀਰ ਨਹੀਂ। ਅੱਜ ਜਦੋਂ ਜਾਵਾਂਗੇ ਆਪਾਂ ਉੱਥੇ ਟੋਟਲ ਮਨ ਤੋਂ ਵੀ ਮਰਸ਼ ਮੋਦੀ ਰਾਮਦੇਵ ਰਾਜੂ ਨੇ ਦੋ ਗਲਾਸ ਦੁੱਧ ਦੇ ਪਿਆਉਣ ਵਾਸਤੇ ਆਪਣੀ ਸਾਰੀ ਦੌੜ ਸਰਵਾਨ ਕਰ ਦਿੱਤੀ। ਬੱਚੇ ਛੋਟੇ ਛੋਟੇ ਲਾਲ ਮਾਤਾ ਗੁਜਰ ਕੌਰ ਉਹਨਾਂ ਨੂੰ ਦੁੱਧ ਦਾ ਗਲਾਸ ਪਹੁੰਚਾਇਆ, ਅੱਜ ਉਹਨਾਂ ਨੂੰ ਮੱਥਾ ਟੇਕਿਆ। ਉਡਾਣ ਕੋਲ ਨਮਸਕਾਰ ਹਨ ਉਸ ਧਰਤੀ ਨੂੰ ਜਿੱਥੇ ਅਗਲੇ ਅਗਲੇ ਲਸਾਨੀਆਂ ਕੁਰਬਾਨੀਆਂ ਆਪਣਾ ਵਿਰਸਾ ਨਾ ਭੁੱਲੋ, ਇਹੀ ਅਰਦਾਸ ਕਰੋ
ਵਾਜਾਂ ਵਾਲੇ ਜੋ ਤੁਸੀਂ ਸਾਨੂੰ ਸਿੱਖੀ ਬਖਸ਼ੀ ਹੈ, ਸਰਦਾਰੀ ਬਖਸ਼ੀ ਹੈ, ਤੇਰੀ ਕਿਰਪਾ ਸਾਡੇ ਘਰ ਬੜੀ ਵਧੀਆ। ਅਸੀਂ ਇਹੀ ਮੈਸੇਜ ਲੈ ਕੇ ਆਪਣੇ ਬੱਚੇ 'ਚ ਜਾਣਾ, ਕਦੇ ਕਿਸਾ ਦੀ ਬੇਅਦਬੀ ਨਾ ਕਰੋ, ਸਿੱਖੀ ਸਰੂਪ ਕਰੋ, ਬਾਣੀ ਬਾਣੀ ਨਾਲ ਜੋੜੋ। ਛੋਟੀ ਜਿਹੀ ਜ਼ਿੰਦਗੀ ਹੈ, ਇਹੋ ਜਿਹੇ ਕਰਨ ਕਰੀਏ ਇੱਕ ਸਰੀਦਾ ਜਦ ਹਮ ਆਏ, ਕਬੀਰ ਜੀ ਕਹਿੰਦੇ ਜਦ ਹਮ ਆਏ ਜਗਤ ਮੈਂ ਜਗ ਹਸਾ, ਹਮ ਰੋਏ ਐਸੀ ਕਰਮੀ ਕਰ ਚਲੋ, ਹਮ ਹਸੇ ਜਗ ਰੋਏ। ਉਹਦੀ ਵਸਤੂ ਹੈ, ਉਹਦੀ ਅਮਾਨ ਹੈ, ਜਿਹੜੀ ਮਰਜ਼ੀ ਲੈ ਜਾਏ ਭਾਵ ਇੱਕ ਭਾਵ ਜੋ ਕਿਚ ਹੈ Thank you.
ਸੇਵਾ ਸਿਮਰਨ ਦੇ ਨਾਲ ਜੁੜਿਆ ਹੋਇਆ ਪਰਿਵਾਰ ਘਰ ਦੇ ਵਿੱਚ ਬਹੁਤ ਵਿਦਿਆ ਬੜੀ ਬਖਸ਼ਿਸ਼ ਹੈ। ਕਹਿੰਦੇ ਜਦੋਂ ਸਰਵਿਸ ਦਾ ਸਮਾਂ ਆਇਆ ਕਿ ਅਸੀਂ ਨੌਕਰੀ ਕਰਨੀ ਹੈ, ਕਹਿੰਦੇ ਬਜ਼ੁਰਗ ਕਹਿਣ ਲੱਗੇ ਨੌਕਰ ਬਣਨਾ ਕਿ ਨੌਕਰ ਰੱਖਣੇ ਹਨ, ਆਖੋ ਸਾਧਨਾ ਨਾ ਵਚਨ ਦਿਓ, ਵਾਅਦਾ ਕਰੋ। ਕਹਿੰਦੇ ਦੱਸੋ ਜੀ, ਵਿਚਾਰ ਕਰ ਰਹੇ ਸੀ ਭਾਈ ਗੁਰਿੰਦਰ ਸਿੰਘ, ਭਾਈ ਨਰਿੰਦਰ ਸਿੰਘ ਜੀ, ਕਹਿੰਦੇ ਸਾਡੇ ਬਜ਼ੁਰਗ ਜਾ ਰਹੇ ਹਾਂ, ਸਾਨੂੰ ਬਹੁਤ ਵੱਡਾ ਘਾਟਾ ਪੈ ਰਿਹਾ, ਥੋੜ੍ਹੇ ਸਮੇਂ 'ਚ ਚਲੇ ਗਏ। ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਲੰਮਾ ਸਮਾਂ ਸਾਨੂੰ ਬਜ਼ੁਰਗਾਂ ਦੇ ਆਸ਼ੀਰਵਾਦ ਮਿਲਦੇ ਰਹਿਣ, ਜੋ ਵਿਰਾਸਤ ਸਾਡੇ ਕੋਲ ਬਚੀ ਹੈ ਉਹ ਸਾਨੂੰ ਲੰਮਾ ਸਮਾਂ ਸੱਚੇ ਪਾਤਸ਼ਾਹ ਉਹਨਾਂ ਦੀ ਸਤਿਗੁਰੂ ਸੰਪਾਇਆ ਸਤਿਗੁਰ ਪਾਇਆ ਸਹਿਜ ਸੇ ਭੀ ਪੜ੍ਹ ਸਕਿਆ ਪੁਰਾਣ ਭਗਵਾਨ
ਜਿੰਨਾ ਸਿੰਘਾਂ ਨਿਭਾਈ ਤਿੰਨਾਂ ਦੀ ਨੇਕ ਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਸਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਤੀ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਮਦ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਹਿਜ ਤਾਂ ਤਾਂ ਰਚਿਆ ਜੀ ਰਹੇ ਸੇਤ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਮੀਤ ਸ੍ਰੀ ਸਹਿਜ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਕਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਯੁਗ ਯੁਗ ਅਟਲ ਧਰਮ ਕਾ ਜੈ ਕਾ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਤੇ ਰਾਖਿਆ ਅਕਾਲ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਮਾਣਿਆਂ ਦੀ ਮਾਣ ਨਿਤਾਣਿਆਂ ਦੇ ਆਸਰਿਆਂ ਦੇ ਆਸਰੇ ਵਾਹਿਗੁਰੂ ਜੀ ਆਪ ਜੀ ਦੀ ਪਾਵਨ ਪੁੱਤਰ ਗੁਰਬਾਣੀ ਦਾ ਪ੍ਰਮਾਣ ਹੈ ਰਾਣਾ ਦੀ ਬਖਸ਼ੀ ਹੋਈ ਪਾਤਸ਼ਾਹ ਜੀ ਉਹ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਭਾਈ ਅਮਰਜੀਤ ਸਿੰਘ ਜੀ ਬੀਤੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ ਸੀ ਤੇ ਪੈ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਗੁਰਮਤਿ ਦੀਆਂ ਵਿਚਾਰਾਂ ਮਨੋਹਰ ਕੀਰਤਨ ਹੋਇਆ ਸਮੂਹ ਸੰਗਤਾਂ ਦੀ ਪਾਤਸ਼ਾਹ ਜੀ ਆਪ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਹੈ ਜੀ ਮਿਹਰ ਕਰਕੇ ਪ੍ਰਵਾਨ ਕਰਨੀ ਪਾਤਸ਼ਾਹ ਜੀ ਉਹ ਸੰਸਾਰ ਦੀ ਯਾਤਰਾ ਪੂਰੀ ਕਰਦਿਆਂ ਹੋਇਆਂ ਸੰਸਾਰ ਹੋਏ ਭਾਈ ਅਮਰਜੀਤ ਸਿੰਘ ਨੂੰ ਆਪਣੇ ਚਰਨ ਕਮਲਾਂ 'ਚ ਅਰਦਾਸ ਪੁੱਛਣਾ ਕਿਰਪਾ ਕਰਨੀ ਪਿੱਛੇ ਪਰਿਵਾਰ ਨੂੰ ਭਾਣੇ 'ਚ ਰੱਖਣਾ ਕਿਰਪਾ ਕਰਨੀ ਕਿ ਪਾਤਸ਼ਾਹ ਪਰਿਵਾਰ ਆਪ ਹੀ ਕਰੇ ਇਸੇ ਸਮੇਂ 'ਤੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਭਾਈ ਗੁਰਬੀਰ ਸਿੰਘ ਵੱਲੋਂ ਪਾਤਸ਼ਾਹ ਜੀ ਆਪ ਜੀ ਦੇ ਦਰ 'ਤੇ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਗਾ ਦੂਰੋਂ ਨੇੜਿਓਂ ਆਈਆਂ ਰੁਕੀਆਂ ਸੰਗਤਾਂ ਦੀਆਂ ਹਾਰੀਆਂ ਤ੍ਰਿਪੁਰ ਘਟਾਵਾਂ ਕਰ ਪ੍ਰਵਾਨ ਕਰਨੀਆਂ ਕਰੋ ਕਿਰਪਾ ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਸਮਝਾਇਆ ਆਨ
ਉਹਨਾਂ ਦੇ ਸਪੁੱਤਰਾਂ ਦੇ ਹਿੱਸੇ ਆਇਆ। ਸੋ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਰੇ ਸਤਿਕਾਰ ਸਾਡੇ ਯੋਜਨਾ ਬੋਰਡ ਦੇ ਚੇਅਰਮੈਨ ਸਰ ਨਰਿੰਦਰ ਸਿੰਘ ਜੀ ਰਾਲਵਾ ਸਾਹਿਬ, ਉਹ ਬਜ਼ੁਰਗਾਂ ਨੂੰ ਸ਼ਰਧਾ ਅਤੇ ਸਤਿਕਾਰ ਪੇਸ਼ ਕਰਨ, ਸਰ ਨਰਿੰਦਰ ਸਿੰਘ ਜੀ ਰਾਲਵਾ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਜੁੜ ਕੇ ਸ੍ਰੀ ਗੁਰੂ ਸਾਹਿਬ ਨੂੰ ਜੀ ਉਹ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰ ਨਿਰਮਲ ਸਿੰਘ ਰਿਆਓ ਜੀ ਨੇ ਭੰਗੂ ਪਰਿਵਾਰ ਬਾਰੇ ਔਰ ਸਰ ਅਮਰਜੀਤ ਸਿੰਘ ਦੇ ਜੀਵਨ ਬਾਰੇ ਬਹੁਤ ਕੁਝ ਜਾਣਨਾ ਪਾਇਆ। ਮੈਂ ਇਸ ਮੈਨੂੰ ਕੋਈ ਕਸਰ ਬਾਕੀ ਰਹਿ ਨਹੀਂ ਗਈ। ਆਪਾਂ ਵੀ ਸਾਰੇ ਬੜੀ ਵਾਰ ਜਾਣਦੇ ਇਸ ਪਰਿਵਾਰ ਨੂੰ, ਭੰਗੂ ਪਰਿਵਾਰ ਨੂੰ, ਜੋ ਸਾਡੇ ਜ਼ਿਲ੍ਹੇ ਦਾ ਮੰਨਿਆ ਪ੍ਰਵਾਨਿਆ ਇੱਕ ਨੰਬਰ ਦਾ ਪਰਿਵਾਰ। ਮੇਰੇ ਕਹਿੰਦੇ ਸਾਡੇ ਹਲਕੇ ਸਾਰੇ ਨੂੰ ਹੀ ਤਕਰੀਬਨ ਇਸ ਪਰਿਵਾਰ ਤੋਂ ਸਾਰਿਆਂ ਨੇ ਆਪਾਂ ਨੇ ਸੇਧ ਲਈ ਹੈ। ਬਾਪੂ ਚੰਨਣ ਸਿੰਘ ਜੀ ਨੇ ਬਹੁਤ ਹੀ ਸੇਧ ਦਿੱਤੀ ਇਸ ਪਰਿਵਾਰ ਨੂੰ ਅਤੇ ਔਰ ਸਾਨੂੰ ਵੀ ਸਾਰਿਆਂ, ਔਰ ਇੰਨਾ ਵਧੀਆ ਪਰਿਵਾਰ ਹੋਣਾ ਹੀ ਬੜਾ ਔਖਾ। ਸਰ ਅਮਰਜੀਤ ਸਿੰਘ ਜੀ ਬਹੁਤ ਹੀ ਵਧੀਆ ਜੀਵਨ ਬਤੀਤ ਕਰਕੇ ਗਏ ਨੇ। ਜਦੋਂ ਵੀ ਕਦੀ ਮਿਲੇ ਉਹ ਬੜੇ ਖੁਸ਼ ਹੋ ਕੇ ਹੀ ਮਿਲਦੇ ਸਨ, ਕੁਛ ਨਾ ਕੁਛ ਉਹਨਾਂ ਕੋਲੋਂ ਸਿੱਖ ਹੀ ਜਾਂਦੇ ਸਨ। ਔਰ ਮੈਂ ਸਮਝਣ ਆ ਕਿ ਉਹਨਾਂ ਦੇ ਜਾਣ ਦਾ ਹਾਲੇ ਸਮਾਂ ਨਹੀਂ ਸੀ, ਔਰ ਉਹਨਾਂ ਦਾ ਸਾਰਾ ਪਰਿਵਾਰ ਵੀ ਹਾਲੇ ਉਹਨਾਂ ਤੋਂ ਸਾਰੀ ਸੇਧਾਂ ਲੈ ਰਿਹਾ ਸੀ, ਔਰ ਬਹੁਤ ਵੱਡਾ ਮੈਂ ਸਮਝਣਾ ਘਾਟਾ ਪਿਆ। ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਬਰਦਸਤ ਘਾਟਾ ਪਿਆ, ਕਿਉਂਕਿ ਪਰਿਵਾਰ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ। ਸਾਡੇ ਗੁਰਿੰਦਰ ਸਿੰਘ ਭੰਗੂ ਜੀ ਇਸ ਹਲਕੇ ਦੀ ਸਮਝੋ ਪ੍ਰਧਾਨਗੀ ਕਰ ਰਹੇ ਨੇ, ਨੁਮਾਇੰਦਗੀ ਕਰ ਰਹੇ ਨੇ ਇੱਥੋਂ ਦੀ, ਔਰ ਉਹਨਾਂ ਨੇ ਹੋਰਾਂ ਨੂੰ ਵੀ ਸਾਰੇ ਜਿੱਥੇ ਆਪ ਜੁੜੇ ਨੇ ਲੋਕਾਂ ਨੂੰ ਸਾਰਿਆਂ ਨੂੰ ਜੋੜਿਆ। ਆਪਾਂ ਹੁਣੇ ਵਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਰ ਅਮਰਜੀਤ ਸਿੰਘ ਭੰਗੂ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਿੱਛੇ ਸਾਰੇ ਹੀ ਭੰਗੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੋਲ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਉਹ ਦਾਸ ਵੱਲੋਂ ਅਤੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਾਹਿਤ ਬੜੇ ਸਤਿਕਾਰ ਦੇ ਨਾਲ, ਬੜੇ ਅਦਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਲ ਕਹਾਂ ਫਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭੇ ਕਾਲ ਹੀ ਚਵਾਏਗੇ ਦੇ ਮਹਾਂਪਾਠ ਅਨੁਸਾਰ ਉਹ ਪਰਮੇਸ਼ਰ ਕਾਲ ਪੁਰਖ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ, ਇਹ ਉਸਦੀ ਮਰਜ਼ੀ ਹੈ ਕਿ ਕਿਸ ਜੀਵ ਨੂੰ ਕਿਸ ਸਮੇਂ ਅਤੇ ਕਿਸ ਸਥਾਨ ਅਤੇ ਕਿਸ ਕਾਰਨ ਦੇ ਅਨੁਸਾਰ ਮੌਤ ਦੇ ਮੂੰਹ ਦੇ ਵਿੱਚ ਲਿਜਾਣਾ ਹੈ। ਕਿਉਂਕਿ ਜੋ ਪਰਮੇਸ਼ਰ ਹੈ ਬੇਅੰਤ ਹੈ, ਉਸਦੇ ਅੱਗੇ ਨਾ ਕੋਈ ਚਾਰਾ ਹੈ ਨਾ ਕੋਈ ਫਰਿਆਦ ਹੈ। ਆਪਾਂ ਘਰ ਦੇ ਵਿੱਚ ਕੋਈ ਚੀਜ਼ ਲੈਣੀ ਹੋਵੇ, ਮਤਾ ਪਕਾਉਂਦੇ ਹਾਂ, ਸਲਾਹ ਕਰਦੇ ਹਾਂ ਕਿ ਦੁਕਾਨਦਾਰ ਵੀ ਗਰੰਟੀ ਦੇ ਦਿੰਦਾ ਕਿ ਇਸ ਚੀਜ਼ ਦੀ ਇੰਨੀ ਗਰੰਟੀ ਹੈ, ਪਰ ਜੋ ਮਨੁੱਖ ਹੈ ਇਹਦੀ ਕੋਈ ਗਰੰਟੀ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਾਲਾ ਮਰਦਾਨਾ ਬੈਠੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਪੁੱਛਿਆ ਕਿ ਮਰਦਾਨੇ ਤੈਨੂੰ ਆਪਣੇ ਸਵਾਸਾਂ ਦਾ ਕਿਤਨਾ ਕੁ ਯਕੀਨ ਹੈ? ਤਾਂ ਮਰਦਾਨੇ ਨੇ ਜਵਾਬ ਦਿੱਤਾ ਕਿ ਪਾਤਸ਼ਾਹ ਮੈਨੂੰ ਮਰਦਾ ਮਰਦਾ ਤੁਹਾਡੀ ਸੰਗਤ ਕਰਦਾ ਮੈਂ 100 ਸਵਾਸ ਲੈ ਸਕਦਾ ਹਾਂ। ਇਹੀ ਸਵਾਲ ਫਿਰ ਬਾਲੇ ਨੂੰ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਬਾਲਿਆ ਤੈਨੂੰ ਕਿੰਨਾ ਕੁ ਯਕੀਨ ਹੈ ਆਪਣੇ ਸਵਾਸਾਂ ਦਾ? ਕਹਿੰਦਾ ਮਰਦਾ 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 ਮੈਂ 10 ਸਵਾਸ ਲੈ ਸਕਦਾ ਹਾਂ। ਇਹੀ ਉਲਟਾ ਸਵਾਲ ਮਰਦਾਨੇ ਅਤੇ ਬਾਲੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛ ਰਿਹਾ ਕਿ ਪਾਤਸ਼ਾਹ ਜੀ ਤੁਹਾਨੂੰ ਕਿੰਨਾ ਕੁ ਯਕੀਨ ਆਪਣੇ ਸਵਾਸਾਂ ਦਾ? ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਮਰਦਾਨੇ ਤੈਨੂੰ 100 ਸਵਾਸਾਂ ਦਾ ਯਕੀਨ ਹੈ, ਮਰਦਾਨੇ ਬਾਲਿਆ ਤੈਨੂੰ 10 ਸਵਾਸਾਂ ਦਾ ਯਕੀਨ ਹੈ, ਪਰ ਮੈਨੂੰ ਤਾਂ ਇੱਕ ਵੀ ਸਵਾਸ ਦਾ ਯਕੀਨ ਨਹੀਂ ਹੈ ਕਿ ਅੰਦਰਲਾ ਸਵਾਸ ਬਾਹਰ ਨਿਕਲੇ ਬਾਹਰਲਾ ਅੰਦਰ ਜਾਵੇ। ਸੋ ਮਹਾਰਾਜ ਨੇ ਬਾਣੀ ਵਿੱਚ ਵੀ ਅੰਕਿਤ ਕੀਤਾ ਹਮ ਆਦਮੀ ਹੈ ਇੱਕ। ਚਾਹਾਂਗਾ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਸਾਡੇ ਹਲਕੇ ਦੇ ਸਾਬਕਾ ਐਮ ਐਲ ਏ ਬੀਬੀ ਮਨਿੰਦਰ ਕੌਰ ਜੀ ਲੂੰਬਾ, ਉਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ। ਬਹੁਤ ਬਹੁਤ ਧੰਨਵਾਦ। ਅਖੀਰ ਦੇ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਉਸ ਬਜ਼ੁਰਗ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਉਸ ਵਿਛੜੀ ਹੋਈ ਪਵਿੱਤਰ ਆਤਮਾ ਨੂੰ ਪਰਮਾਤਮਾ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ੇ, ਪਿੱਛੋਂ ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਇਹ ਭਾਣਾ ਭੰਨਣ ਦਾ ਬਲ ਬਖਸ਼ੇ। ਬਹੁਤ ਹੀ
ਮਹਾਨ ਤਪਸਵੀ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਵੱਲੋਂ ਸਰੋਪਾ ਆਇਆ। ਸਰ ਗੁਰਦੀਪ ਸਿੰਘ ਹੋਰਾਂ ਨੂੰ ਬੇਨਤੀ ਹੈ ਕਿ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਹਜ਼ੂਰ ਸਾਹਿਬ ਤੋਂ ਆਇਆ ਹੋਇਆ ਸਰੋਪਾ ਪ੍ਰਾਪਤ ਕਰਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਗੁਰੂ ਦੀਆਂ ਦੇਗਾਂ ਵਰਤਾਈਆਂ ਜਾ ਜਾਣ ਉਪਰੰਤ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਮਾਫ਼ੀ ਚਾਹੁੰਦੇ ਹਾਂ ਸਰ ਪਰਮਜੀਤ ਸਿੰਘ ਜੀ ਹੋਰੀ, ਦੁਆਬੀਆ ਸਾਹਿਬ ਭੰਗੂ ਸਾਹਿਬ, ਉਹ ਵੀ ਪਰਿਵਾਰ ਦੇ ਬਹੁਤ ਨਜ਼ਦੀਕੀ